अस्सलाम वालेकुम गाइस, मेरा नाम है जैन लेक, मैंने का मेरा यूट्यूब चैनल जैन लेक ने उम्मीद करना सारे खैरियत ने उस होते आज तो मैं दार व्लॉग करने स्टार्ट। जिसने मेरा चैनल सब्सक्राइब नहीं किया सब्सक्राइब कर लो, वीडियो लाइक कर लो, ठीक है। तो आज वीडियो स्टार्ट करने हैं, तो आज आज मैं आप आए हुए दूसरा मैं आया हूँ मैं दूसरा मैंने अरे मजी शराण आया। अज भी बड़े खास व्लॉग है, अज बहुत खास वीडियो बननी, ठीक है। वीडियो ने फुल वेखना है, वीडियो लंबी भी होने वाली है क्योंकि अज आप कब्रगुस्तान जाना है, ठीक है। कब्रगुस्तान जाना तो मैं कब्र भी खानी है अपने ताए की, जिन्ना भी नहीं वेखी हुई मेरे ताए मास्टर इकबाल खिची थोड़ा सिंगर हैं अवामी गुलकार हैं, ठीक है। मास्टर इकबाल खिची सर्च करो, ठीक है, यूट्यूब से ना वाल मुड़ रखा तो कब्र तुम भी खा ले सर, ठीक है। आप उत दुआ मांग के आए सर, ठीक है। एक बार उन्हें ती इतने आप बने तो इंजॉय फॉलो करनी, वीडियो लाइक करनी, ठीक है। आ जाओ गाइस मेरी जारी वेखो, सू छियाँ भी खाव फुल खोली, मैं अज खोली इन अजय पर जा के ले जाना, मारी ना ना मारी सोटी बहुत पई है ए ना टुट जाए तेरे से। देखो गाइस फिर मैं भी खाइना दूसरा कि मजे चार हैं सिर्फ, ऐसे दो कट्टे ने एक कट्टी है, हाँ मज है ਆਹ ਕੱਟਾ ਇਹ ਅੱਲਾ ਵਾਸਤੇ ਕੱਟਾ ਇਹ ਅੱਲਾ ਵਾਸਤੇ ਕਰਨਾ, ਜਦੋਂ ਹੋ ਗਿਆ ਨਾ ਵੱਡਾ ਉਦੋਂ ਇਹਨੂੰ ਪੋਛ ਲੈਣਾ, ਠੀਕ ਹੈ। ਅਤੇ ਆਹ ਵੱਡਾ ਕੱਟਾ ਇਹ ਸਾਡਾ ਨਾ, ਇਹ ਸਾਡਾ ਹੀ ਹੈ ਬਈ, ਚਾਚੇ ਦਾ ਮੇਰੇ ਦਾ, ਠੀਕ ਹੈ। ਆਹ ਮਾਰਦਾ ਬਦਮਾਸ਼ ਕੱਟਾ ਬਦਮਾਸ਼ ਸਾਡਾ, ਆਹ ਕੱਟੀ ਹੈ ਆਹ ਸਾਡੀ ਹੈ, ਇਹ ਤਾਂ ਹੈ ਹੀ ਰਿੰਡ, ਵੇਖੋ ਰਿੰਡ ਰਿੰਡ ਸਾਡਾ ਕੱਟੀ ਨਾ ਹੀ ਰਿੰਡ ਹੈ, ਚੜ੍ਹਦੀ ਪਈ ਨਾ ਜੀ ਇਹਨੂੰ ਬਾਈ ਨਾ ਫੁੱਲ ਰਜਾ ਕੇ ਲੈ ਜਾਣਾ ਆਪਾਂ ਮੱਝੀ ਨੂੰ, ਠੀਕ ਹੈ। ਅੱਜ ਇਹਨਾਂ 'ਤੇ ਰਜੀ ਜਾਣਾ ਇੱਥੋਂ ਨਹੀਂ ਜਾਣਾ, ਹੋਰ ਆਪਾਂ ਜਿਸਾਂ ਕਬਰਾਂ 'ਤੇ ਉਹ ਤੁਹਾਨੂੰ ਖੇਸਾਂ ਉਹਨਾਂ 'ਤੇ ਮੱਝੀ 'ਚ ਰਹਿੰਦੇ ਹਾਂ। ਅੱਜ ਹਿਕਸ਼ਾ ਹੋਰ ਵੀ ਖਾਣੀ ਤੁਹਾਨੂੰ, ਮੈਂ ਤੁਹਾਨੂੰ ਬੋਰ ਵੀ ਖਾਇਆ, ਉਹ ਵਾਟਰ ਪੈਨ ਬਣ ਕੇ ਜਾਣਾ ਚੱਲਦਾ ਪਿਆ ਟੂਵਲ, ਫਿਰ ਮੈਂ ਟੂਵਲ ਵੀ ਖੇਸਾਂ, ਠੀਕ ਹੈ। ਹੁਣ ਬਣੇ ਰਹੋ ਵੀਡੀਓ ਨਾਲ, ਮੈਂ ਤਾਂ ਮੇਰਾ ਕਜ਼ਨ ਆਇਆ ਮੱਝੀ ਚਲਾਉਣਾ, ਮੇਰਾ ਕਜ਼ਨ ਸਾਹਿਬ ਤੋਂ ਉੱਥੇ ਬੈਠੇ ਹੋਣ ਛਾਂ 'ਤੇ ਆਰਾਮ ਨਾਲ, ਆਪਾਂ ਦੋਸਤ ਟੁਰੇ ਖੜੇ ਹਾਂ। ਆਹ ਦੋ ਮੱਝੀਆਂ ਹੁੰਦੀਆਂ ਸਿਰਫ ਉਹਦੇ ਦੋ ਨੇ, ਮੇਰੀਆਂ ਚਾਰ ਨੇ, ਚਾਰ ਉਹਦੇ ਦੋ ਨੇ, ਲੇਕਿਨ ਵੇਖੋ ਤੁਸੀਂ ਆਪ ਕਿੰਨਾ ਫਰਕ ਹੈ, ਉਹਦੀਆਂ ਬੋੜੀ ਮੋਟੀਆਂ ਨੇ ਕੁਛ, ਇਹਨੇ ਤਾਂ ਚਿਕਨੇ ਆ। ਓਕੇ ਇਹਨੇ ਸਾਹ ਪਜਾਵਣਾ ਅੱਜ, ਚਲੋ ਕਰ ਲਓ ਓ ਚਲੋ ਉਹਨਾਂ ਨੂੰ ਉਹਦੇ ਗੱਲ ਛੱਡਿਆ, ਇੱਕ ਬਗਲਾ ਮਰਿਆ ਪਿਆ ਕੇ ਇੱਥੇ ਭੱਜੀਏ, ਕਿਉਂਕਿ ਮੈਨੂੰ ਇਹਨਾਂ ਚੀਜ਼ਾਂ ਤੋਂ ਬੜਾ ਡਰ ਲੱਗਦਾ, ਇੱਥੋਂ ਨਿਕਲਣੇ ਆ ਮੱਝ ਵੀ ਆਪਣੀ ਮੂੰਹ 'ਚ ਆਈ ਖੜੀ ਹੈ ਤਾਂ ਇਹਨਾਂ ਤੂੰ ਚੇਕ ਲਾ ਨਾ ਹੀ ਕੁਛ ਹੁੰਦਾ। ਆਹ ਬੈਠੋ ਤੈਨੂੰ ਜ਼ੂਮ ਕਰਕੇ ਹੀ ਖਾਈਨਾ, ਆਹ ਖੜੋ ਗਿਆ ਹੁਣ ਆਖਿਆ ਤਾਂ ਚੇਕ ਲਾਉਣ ਚਿੱਕਦਾ ਉਹ, ਆਹ ਪਾ ਦੇ ਮੈਨੇ ਆਪਣੀ ਮੂੰਹ 'ਚ ਆਈ ਖੜੀ ਮੱਝ, ਇਹ ਨਾ ਭੱਜ ਪਵੇ ਚੰਗਾ ਭਜੇ ਸੀ ਆਪਾਂ ਨੂੰ। ਆਹ ਵੇਖੋ ਖੜੀ ਹੋਈ ਆਜਾ, ਓ ਆਖੀ ਅਠਾ ਮੂੰਹ ਕਰ ਲਵੇ ਤਾਂ ਮੂੰਹ ਚਾਹੀ ਬੱਚੀ ਹੇਠ ਕਰ ਚਾਰ ਲਾ ਆਰਾਮ ਨਾਲ, ਆ ਉਪਦਾ ਹੀ ਮੈਂ ਕੁਛ ਨੱਪੇ ਪਿਸ਼ਾਬ ਕੀਤੀ ਜਾਂਦਾ ਉੱਥੇ ਆ ਖੜੋ ਗਿਆ ਉਹ ਲੜਿਆ ਹੁਣ ਜਾਂਦਾ ਪਿਆ ਪਿਛਾ। ਵੇਖੋ ਗੱਲ ਮੈਂ ਯਾਰ ਚੜ੍ਹਨ ਲੱਗ ਗਈ, ਚਲੋ ਚਲੋ ਚਲੋ
ਚੜਨ ਲੱਗ ਗਈ, ਜਾ ਮੈਂ ਚੜਨ ਲੱਗ ਗਈ ਹੁਣ ਕੋਈ ਨਹੀਂ, ਹੁਣ ਚਲ ਇੱਥੇ ਕੋਲ ਰਹਿੰਦੇ ਹਾਂ ਨਾ, ਚਲਿੰਦੇ ਉਹਨਾਂ ਨੂੰ ਉੱਥੇ ਮੇਰਾ ਉਹਦੇ ਕਜ਼ਨ ਮਤਲਬ ਉਹਦੇ ਕਜ਼ਨ ਚਲਿੰਦਾ, ਇੱਦਾਂ ਮੈਂ ਚਲਿੰਦਾ ਆਪੇ ਜਦੋਂ ਰਾਜ ਘੰਟੇ ਦੋ 'ਤੇ ਲੈ ਜਾਂਦੇ ਹਾਂ, ਬਸ ਆਪਾਂ ਕਦੇ ਚਲਾਈਆਂ ਤਾਂ ਕੋਈ ਨਹੀਂ, ਹੁਣ ਕੋਈ ਚੌਥੇ ਪੰਜਵਾਂ ਦਿਨ ਛੁੱਟੀਆਂ ਆਉਣ ਲੈ, ਸੋ ਜਦੋਂ ਮੈਂ ਚਲਾਈ ਜਾਂਦਾ ਛੁੱਟੀਆਂ ਤੋਂ ਬਾਅਦ ਮੈਂ ਦੁਬਾਰਾ ਸਕੂਲੇ ਵੀ ਜਾਣਾ, ਕੱਲ੍ਹ ਨਹੀਂ ਤਾਂ ਕੱਲ੍ਹ ਇਤਵਾਰ ਹੈ, ਕੱਲ੍ਹ ਨਹੀਂ ਤਾਂ ਮੈਂ ਸੁਬਾਹ ਜਾਣਾ ਸੋਮਵਾਰ ਨੂੰ, ਬਹੁਤ ਸਕੂਲ ਦਾ ਰੁੱਖ ਕਰਨਾ, ਸਕੂਲ ਦਾ ਪੈਸਾ ਬਿਹਤਰ ਹੈ ਇਸ ਨਾਲੋਂ, ਇਸ ਨਾਲ ਦਿੱਲੀ ਦੋ ਵਿੱਚ ਸਕੂਲ ਬਿਹਤਰ ਹੈ ਮੈਨੂੰ ਤਾਂ ਭਾਈ, ਐਂ ਬੰਦਾ ਕਿਉਂ ਆਖੇ, ਦੱਸੋ ਕਿਵੇਂ ਅਸੀਂ ਦਵਾਈ ਨੇ ਟਰਪੈਨ ਚਲਾਉਣੀ, ਅੱਜ ਧੁੱਪ ਨਿਕਲ ਖੜੀ, ਟਰਪੈਨ ਸੋ ਲਵਾਈ ਸੋਲਰ ਪਲੇਟਾਂ 'ਤੇ ਠੀਕ ਹੈ, ਅਤੇ ਉਹ ਅੱਜ ਚੱਲ ਸੀ ਕਿਉਂਕਿ ਅੱਜ ਧੁੱਪ ਨਿਕਲੀ ਖੜੀ, ਦੋ ਦੇ ਤਾਂ ਮਾੜੀ ਮਾੜੀ ਕਣੀ ਰਹੀ ਜਾਂਦੇ, ਨਾ ਧੁੱਪ ਨਿਕਲੇ ਨਾ ਟਰਪੈਨ ਚੱਲੇ ਠੀਕ ਹੈ, ਹੁਣ ਟਰਪੈਨ ਚੱਲ ਸੀ ਨਾ ਅਤੇ ਆਪਾਂ ਨੂੰ ਸਾਂ, ਅਤੇ ਨਾ ਤੁਹਾਨੂੰ ਵੀ ਖਿੱਸਾ ਵੀ ਕਿਵੇਂ ਨਿਕਲਦੇ ਹਾਂ, ਠੀਕ ਹੈ ਇਸ ਨਾਲ ਚੱਲਦੀ ਹੈ ਤੁਹਾਨੂੰ ਵੀ ਖਿੱਸਾ, ਹੁਣ ਇੱਕ ਵਾਰੀ ਤਾਂ ਆਪਦਾ ਕੰਮ ਕਰਨੇ ਹਾਂ, ਉਸ ਤੋਂ ਬਾਅਦ ਹੁਣ ਚਲੇ ਸਾਂ, ਉਸ ਤੋਂ ਬਾਅਦ ਚਲੇ ਸਾਂ ਨਹੀਂ ਨੁਕਸਾਨ ਨਾ ਕੇ ਰੈਡੀ ਰੂਡੀ ਹੋ ਕੇ ਮੁੜ ਆਪਾਂ ਕਬਰਗਸਤਾਨ ਸਾਂ ਠੀਕ ਹੈ, ਤੁਹਾਨੂੰ ਕਬਰ ਵੀ ਖਿੱਸਾ ਨਾਲ ਦੁਆ ਕਰਿਆ, ਚਲੋ ਹੁਣ ਚੱਲੇ, ਆਹ ਸੋਟੀ ਮੇਰੀ ਵੇਖ ਲਓ ਇੱਕੀ ਜਿਹੀ ਸੋਟੀ ਹੈ, ਕੋਈ ਨਹੀਂ ਇੱਥੇ ਬਹਿ ਜਾਂਦੇ ਹਾਂ, ਆਪਾਂ ਵੀ ਸੂਰਜ ਨੂੰ ਸਿੱਧਾ ਮੂੰਹ ਕਰ ਲਿਆ, ਆ ਜਾ ਭਾਈ ਸਾ ਪਾਇਆ ਸਾਡੇ ਮੂੰਹ 'ਤੇ, ਕੋਈ ਨਹੀਂ ਕਾਲੇ ਹੀ ਹੋਏ ਹੈ ਥੋੜ੍ਹੇ ਜਿਹੇ, ਉਹ ਆ ਤਾਂ ਮੋਬਾਈਲ ਵੀ ਲਈ ਬੰਦਾ, ਆਹ ਚੁੱਪ ਕਰਕੇ ਫਿਲਮ ਵੇਖਦਾ ਬੰਦਾ ਟੁੱਟਿਆ ਬੰਦਾ, ਆਪਾਂ ਇੱਦਾਂ ਬਣੇ ਹਾਂ, ਨਹੀਂ ਚੰਗਾ ਹੀ ਹੈ ਚੜਦੀਆਂ ਬੰਦੀਆਂ ਨੇ, ਹੁਣ ਚਾ ਦੋ ਤਾਂ ਚੱਲੀ ਕੋਈ ਨਹੀਂ, ਅਗਾਂ ਮੁੰਜੀ ਲੱਗੀ ਹੋਈ ਸਾਡੀ, ਉਹ ਸਾਰਾ ਪਾਣੀ ਪੂਣੀ ਸੁੱਕ ਗਿਆ, ਉਹਦਾ ਬੇੜਾ ਪ੍ਰੋਗਰਾਮ ਹੀ ਬੜਿਆ ਖੜਾ ਹੁਣ, ਕੋਈ ਨਹੀਂ ਉਹਨੇ ਜਾ ਕੇ ਚਲੇ ਸਾਂ, ਹੁਣ ਚੱਲ ਜਾ ਸੀ ਆਪੇ, ਅੱਲਾ ਖੈਰ ਕਰ ਸੀ ਠੀਕ ਹੈ, ਨਾਲ ਨਵਨੇ ਹਾਂ ਨਾ ਬੜਾ ਹੋਰ ਕੰਮ ਨਿਪਟੇਨੇ ਹਾਂ, ਫਿਰ 21 ਸਾਲਾਂ ਦੇ ਖਿੱਚੀ ਨੂੰ ਬਾਈ ਬਾਈ ਕਹਿੰਦੀ ਦੁਨੀਆ, ਕਿਤੇ ਜਾਂਦੀ ਪਈ ਹੈ, ਖੜੋ ਜਾ ਖੜੋ ਜਾ ਖੜੋ ਜਾ ਆਖੀ ਖੜੋ ਜਾ, ਮੰਨ ਕੇ ਮੇਰੀ ਤਾਂ ਰਾਜ਼ੀ ਨਹੀਂ ਨਾ, ਮੇਰੀ ਨਹੀਂ ਮੰਨ ਕੇ ਰਾਜ਼ੀ, ਹੁਣ ਵੱਡੀ ਵੇਖ ਜਾ ਹੈ ਹੋ ਜਾ ਹੋ ਗਈ ਹੋ ਰਹੀ ਹੈ, ਭਰਾ ਵੇਖੋ ਨਾ ਹੁੰਦੀਆਂ ਵੇਖ ਕਿਵੇਂ ਮੱਝੀ ਚੜ੍ਹ ਜਾਂਦੀਆਂ ਜੀ, ਹਾਂ ਆਪਣੀ ਬਜਾਈ ਖੜੀ ਜਾਂਦੇ, ਕੋਈ ਨਹੀਂ ਕਦੀ ਆਪਣੀ ਜਾਗ ਲਈ ਸਰ, ਪੰਜ ਦੇ ਉਹ ਘੰਟੇ ਲਗਾਤਾਰ ਹੋਣ ਜਾਂਦਾ, ਹੁਣ ਚੋਣ ਚੜ੍ਹਨ ਲੱਗ ਗਏ, ਪਹਿਲੇ ਤਾਂ ਬੜਾ ਬਜਾਇਆ ਇਹਨੇ, ਹੁਣ ਵੱਲ ਚੜ੍ਹਨ ਲੱਗ ਗਈਆਂ ਨੇ, ਕੋਈ ਨਹੀਂ ਹੁਣ ਜੀ ਆਪਣੀ ਤਾਂ ਬਸ ਹੋ ਗਈ, ਆਖਰੀ ਦੇ ਹੈ ਅੱਜ ਦਾ ਨਹੀਂ ਸੁਬਾਹ ਦਾ ਆਖਰੀ ਦੇ ਹੈ, ਉਸ ਤੋਂ ਬਾਅਦ ਆਪਾਂ ਸਕੂਲੇ ਸਾਂ, ਹੁਣ ਆਪੇ ਖੜੀਆਂ ਰਸ ਨਾਲ ਚਾਚੇ ਹੁੰਦੇ ਸਰ ਪੁੱਠੇ ਗੱਤ ਲਈ ਸਨ, ਪੁੱਠੇ ਗੱਤ ਸੀ ਮੈਂ ਸਕੂਲੇ, ਸਕੂਲੋਂ ਆਇਆ ਟਿਊਸ਼ਨ ਬਸ ਮੇਰੀ ਦਿਹਾੜੀ, ਲੇਕਿਨ ਟੈਨਸ਼ਨ ਲਓ ਵਲੋਗ ਜ਼ਰੂਰ ਆਇਆ ਕਰ ਸੀ ਠੀਕ ਹੈ, ਹੁਣ ਆਪਾਂ ਜਿਹੜੇ ਵਲੋਗ ਬਣਾਏ ਕਰ ਰਹੇ ਨਾ, ਸ਼ਰਮ ਲਾ ਕੇ ਬਣਾਇਆ ਕਰਨਾ ਠੀਕ ਹੈ ਨਾ, ਅੱਗੇ ਆਪਾਂ ਅਗਾਂਹ ਆਪੇ ਬੰਦਿਆਂ 'ਚ ਨਹੀਂ ਜਾਂਦੇ ਅਸਾਂ ਸ਼ਰਮ ਹੁੰਦੀ ਹੈ, ਲੇਕਿਨ ਐਤਕੀ ਚੈੱਕ ਰਿਹਾ ਹੁਣ ਜਿਹੜੇ ਵਲੋਗ ਆਉਣੇ ਨੇ ਨਾ, ਬਿਲਕੁਲ ਨਾ ਵਿੱਚ ਬੰਦਿਆਂ ਦੇ ਸਾਰਿਆਂ ਦੇ ਵਿੱਚ ਬਣਾਇਆ ਕਰਨਾ ਠੀਕ ਹੈ, ਤੁਸੀਂ ਲਾਈਕ ਕਰੋ ਫੋਲੋ ਕਰੋ, ਲਾਈਕ ਕਰੋ ਸਬਸਕ੍ਰਾਈਬ ਕਰੋ, ਅਤੇ ਹੋਰ ਆਪਾਂ ਜ਼ਰੂਰ ਇਨਸ਼ਾਅੱਲਾ ਬਣਾਇਆ ਕਰ ਸਾਂ, ਬੰਦਿਆਂ ਦੇ ਵਿੱਚ ਨਹੀਂ ਤਾਂ ਬੜਾ ਸ਼ਰਮ ਆ ਲਾ ਦੇਣੀ ਇਨਸ਼ਾਅੱਲਾ।
ਹੁਣ ਸਿੱਧਾ ਖੁੱਲੇ ਆਮ ਬਣਾਇਆ ਕਰ ਲੈਣਾ, ਠੀਕ ਹੈ ਨਾ, ਮੈਂ ਸ਼ਰਮ ਨਹੀਂ ਬਣਨਾ, ਵੈਸੇ ਸ਼ਰਮ ਲੈਣੀ ਵਲੋਗਿੰਗ ਵਾਲੀ, ਠੀਕ ਹੈ, ਇਹ ਸਹੀ ਸਹੀ ਵਲੋਗਿੰਗ ਕੀਤੀ ਕਰਨੀ। ਚਲੋ ਮੱਝੀ ਵੇਖੋ ਤੁਸੀਂ, ਮੇਰੇ ਨਾਲ ਚਲਾਈਆਂ ਕਰੋਗਾ, ਆਹ ਵੇਖੋ ਖੋਲਿਆ ਹੋਇਆ ਪਿਆ, ਆਹ ਚਾਰ ਲਾ ਚਾਰ ਲਾ, ਇੰਨੀ ਜ਼ਰੂਰੀ ਨਹੀਂ ਹੁੰਦਾ, ਇੰਨੀ ਵੱਖੀ ਨਾ ਹੀ ਹੈ, ਆਹ ਹੁਣ ਕੋਈ ਨਹੀਂ, ਸ਼ਾਬਾਸ਼, ਇਹ ਅੱਲਾ ਵਾਸਤੇ ਦਾ ਕੱਟਾ, ਅੱਲਾ ਵਾਸਤੇ ਦਾ, ਆਹ ਜਿਹੜਾ ਦੋ ਆ ਖੜੇ ਹੋਣੇ ਸਾੜੀ ਜਾਣੇ, ਆਹ ਮੱਝ ਆਹ ਕੱਟੀ ਕੱਟੀ ਨਾ, ਇਹ ਤਾਂ ਰਿੰਡ ਰਿੰਡ ਭਾਈ ਸਾਹਿਬ, ਚੈੱਕ ਕਰੋ ਰਿੰਡ, ਉਸ ਹਾਲੇ ਮੈਨੂੰ ਇੱਕ ਗੱਲ ਹੋਰ ਯਾਦ ਹੋ ਗਈ, ਇੱਕ ਗੱਲ ਹੋਰ ਯਾਦ ਆ ਗਈ, ਇੱਕ ਹੋਰ ਖੁਸ਼ਖਬਰੀ ਤੁਹਾਡੇ ਵਾਸਤੇ, ਇੱਕ ਤਾਂ ਫੈਨ ਬਣ ਗਈ, ਠੀਕ ਹੈ, ਅਤੇ ਦੂਈ ਮੈਨੂੰ ਹੁਣ ਯਾਦ ਆਈ ਹੈ ਕਿ ਆਪਣੇ ਨਾ ਉਹ ਜਿਹੜਾ ਟੁੱਟਿਆ ਫੁੱਟਿਆ ਰੋਡ ਆ ਉਹ ਪੱਕੀ ਆਈ ਆਪਣੀ ਜਲੇ ਆਈ, ਉਹ ਵੀ ਬਣੀ ਜਾਂਦੀ, ਉਹ ਵੀ ਹੁਣ ਬਣ ਜਾਸੀ ਜਿਹਾ ਕਰ, ਠੀਕ ਹੈ, ਉਹ ਵੀ ਤੁਹਾਨੂੰ ਵਿਖਾਈ ਸਾਇਆ ਅੱਜ ਦੇ ਵਲੋਗ ਵਿੱਚ, ਤੁਸੀਂ ਵਲੋਗ ਨੂੰ ਪੂਰਾ ਵੇਖਣਾ, ਠੀਕ ਹੈ, ਅਤੇ ਲਾਈਕ ਕਰ ਰਿਹਾ ਜਾਂ ਤਾਂ ਕਿ ਮੁੜ ਆਪਾਂ ਆਡੀਅੰਸ ਜਗ੍ਹਾ ਵਿੱਚ ਤਾਂ ਚੱਲੀਏ ਬੰਦਿਆਂ ਦੇ, ਤਾਂ ਹੀ ਬਣ ਸੀ ਸ਼ਰਮ ਲਾਸੀ, ਤੁਸੀਂ ਲਾਈਕ ਕਰ ਸੋ ਕਮੈਂਟ ਕਰ ਸੋ ਤਾਂ, ਠੀਕ ਹੈ, ਅਤੇ ਅੱਜ ਰੋਡ ਹੀ ਬਣ ਸੀ, ਉਹ ਵੀ ਤੁਹਾਨੂੰ ਵਿਖਾਈਦਾ ਉਹ ਵਿਖਾਈ ਸਮਾਂ, ਰੂਲੇ ਛੂਲੇ ਅਰਸ਼ ਆਇਆ ਖੜੇ ਨੂੰ ਉੱਤੇ ਲੁੱਕ ਜਿਹੀ ਪੈ ਗਈ, ਹੇਠ ਉਹਨਾਂ ਪੱਥਰ ਜੇ ਸੱਟ ਲੈਣਾ, ਹੁਣ ਤਾਂ ਪਤਾ ਨਹੀਂ, ਮੈਨੂੰ ਤਾਂ ਪਤਾ ਕੋਈ ਨਹੀਂ ਕੀ ਸੱਟ ਸਨ, ਠੀਕ ਹੈ, ਨਾਲ ਉਹ ਜਿਸ ਤਰ੍ਹਾਂ ਮੈਂ ਤੁਹਾਨੂੰ ਲਾਇਆ ਸੀ ਨਾ ਕਬਰ ਗੁਸਤਾਨ, ਉਸ ਤੁਹਾਨੂੰ ਨਾਲ ਵਿਖਾਈਦਾ ਜਾ ਸਰ ਰੋਡ, ਠੀਕ ਹੈ, ਰੋਡ ਹੀ ਵੇਖ ਲਿਆ, ਨਾਲ ਟੁੱਟ ਪੈ ਨੇ ਚਿਨੂਸਾਂ ਜਿਹੜੀ ਨਵੀਂ ਆਪਾਂ ਬਣਾਈਏ, ਪਹਿਲੀ ਵੀਡੀਓ ਜੇ ਨਹੀਂ ਵੇਖੀ ਉਹ ਜਾ ਕੇ ਵੇਖੋ, ਦੂਸਰਾ ਕਿਹੜੀ ਹੈ ਪਹਿਲਾਂ ਬੋਰ ਵਾਲੀ ਜਿਹੜਾ ਬੋਰਡ ਆਪਾਂ ਬਣਾਇਆ, ਬੋਰ ਦੇ ਉੱਤੋਂ ਹੁਣ ਟਰਪੈਨ ਨਹੀਂ ਬਣਾਈ ਕੋਈ, ਉਹ ਬਣ ਗਈ ਹੈ, ਠੀਕ ਹੈ, ਉਹ ਵੀ ਆਪਾਂ ਨੂੰ ਤੁਹਾਨੂੰ ਵਿਖਾਈ ਸਨ, ਚਲੋ ਹੁਣ ਆਪਾਂ ਮੰਜੀ ਚਲਾਈਆਂ ਜਾਂਦੀਆਂ ਨਾ, ਅਤੇ ਹੁਣ ਆਪਾਂ ਨਾ ਬਾਤ ਕਰਦੇ ਇੱਕ ਵਾਰੀ, ਹੁਣ ਤੁਹਾਨੂੰ ਮੈਂ ਉਦੋਂ ਮਿਲਣਾ, ਤੁਸੀਂ ਵੀਡੀਓ ਨਾਲ ਬਣੇ ਰਹੋ, ਹੁਣ ਆਪਾਂ ਜਦੋਂ ਟਰਪੈਨ ਚੱਲਦੀ ਟਰਪੈਨ ਨਾਉਂਦਾ ਪਿਆ ਤੁਹਾਨੂੰ ਉਦੋਂ ਮਿਲ ਸਾ, ਠੀਕ ਹੈ, ਸੋਟੀ ਇੱਥੇ ਰੱਖ ਕੇ ਤੁਹਾਨੂੰ ਮੁੜ ਮਿਲਣੇ ਆ, ਠੀਕ ਹੈ ਨਾ, ਉਹਨਾਂ ਦੇ ਇੱਕ ਵਾਰੀ, ਠੀਕ ਹੈ, ਮੈਂ 2 ਮਿੰਟ ਆ ਜਾਂਦਾ, ਜਿਸ ਟਰਪੈਨ ਚੱਲੀ ਨਾ ਹੁਣ ਮੈਂ ਮੰਜੀ ਮੰਜੀ ਚਲਾ ਕੇ ਟਰਪੈਨ ਨਾਉਂਦੇ ਹੋ ਆਪਾਂ ਕਹਿੰਦੇ ਹਾਂ, ਠੀਕ ਹੈ, ਆ ਜਾਓ ਚਲੋ ਗਾਈਸ, ਪੱਕੀ ਤੁਸੀਂ ਵੇਖੋ ਬਣਦੀ ਪਈ, ਤੁਹਾਨੂੰ ਮੈਂ ਆਖਿਆ ਨਾ, ਨਵੀਂ ਪੱਕੀ ਬਣ ਰਹੀ ਆ, ਦਾਨ ਆ ਰਹੇ ਨਾਲ ਨਵੀਆਂ ਪੱਕੀਆਂ ਬਣ ਰਹੀਆਂ, ਪੱਕੀਆਂ ਬਣਨੀਆਂ ਨੇ, ਆਹ ਵੇਖੋ ਇੱਥੇ ਲੋਕ ਖਾਕਾ ਜਾ ਸੀ ਗਿਆ, ਬਣ ਗਈ ਨਹੀਂ ਪੱਕੀ, ਅੱਜ ਕੀ ਪਿਆ ਕਾਸ਼ੀ, ਅੱਛਾ ਇੱਥੋਂ ਨਾ ਖਾਕਾ ਪਾ ਲਿਆ, ਹੁਣ ਤਾਂ ਬਿਜਲੀ ਸੱਟ ਕੇ ਉੱਤੇ ਲੋਕ ਜੇ ਸੱਟ ਕੇ ਸਨ, ਬਸ ਆਪਣੀ ਪੱਕੀ ਤਿਆਰ ਹੋਈ ਸੀ ਤੁਹਾਨੂੰ ਮੈਂ ਆਖਿਆ, ਖੁਸ਼ਖਬਰੀ ਤੁਹਾਨੂੰ ਮੈਂ ਦੇਣੀ, ਖੁਸ਼ਖਬਰੀ ਹੀ ਆਈ ਬਸ, ਹੋਰ ਕੋਈ ਖੁਸ਼ਖਬਰੀ ਨਹੀਂ, ਠੀਕ ਹੈ, ਹੁਣ ਅਗਲੀ ਸਾਡੀ ਪੱਕੀ ਪੱਟ ਲਈ ਨੇ, ਉੱਥੇ ਜਿਵੇਂ ਕਿਸਾਨ ਬਣੀ ਸਰ ਮੈਨੂੰ ਤਾਂ ਪਤਾ ਕੋਈ ਨਹੀਂ, ਠੀਕ ਹੈ, ਹੁਣ ਬੜੀ ਅੱਧੀ ਹੋ ਗਈ, ਸਮੇਂ ਲੋ ਅੱਧੀ ਲੱਗ ਗਈ ਬਸ, ਹੋਰ 2-3 ਦਿਨ ਲੱਗ ਸਨ ਬਸ ਬਣ ਗਏ ਸੀ, ਹੁਣ ਆਪਣਾ ਮੈਂ ਆਪਾਂ ਉਸ ਅਤੇ ਆਪਣਾ ਸਕੂਟਰ ਉਸ ਜਾਏ ਵਾਂਗੇ ਉਸ 500 ਸਪੀਡ 'ਤੇ, ਦੇਖੋ ਗਾਈਜ਼ ਚੈੱਕ ਕਰੋ ਗਾਈਜ਼, ਬੜੀ ਗਲੀ ਨਾ ਆਏ, ਹੈਲੋ ਗਾਈਜ਼, ਵੇਖੋ ਹੁਣ ਆਪਣੀ ਪੱਕੀ ਅੱਗੋਂ ਪੱਟੀ ਖੜੀ ਹੈ, ਇਸ ਬੋਰਡ ਤੋਂ ਲੱਗ ਕੇ ਆਹਗਾ ਸਾਡੀ ਤਿਆਰੀ ਤਾਂ ਟਾਵਰ ਤਾਂ ਸਾਰੀ ਪਾਰਟੀ ਠੀਕ ਹੈ, ਇੱਕ ਇੱਕ ਪਾਸਾ ਠੀਕ ਹੈ,
ਇੱਕ ਹੋਰ ਗੱਲ ਜਿਹੜੀ ਤੁਹਾਨੂੰ ਦੱਸੀ ਹੈ, ਜਿਹੜਾ ਤੁਹਾਨੂੰ ਬੋਰ ਦਾ ਵਿਖਾਇਆ, ਆਹ ਬਣੀ ਖੜੀ ਭੈਣ, ਖਾਡਾ ਥੋੜ੍ਹਾ ਨਿੱਕਾ, ਕੋਈ ਨਹੀਂ, ਠੀਕ ਹੈ। ਜਿਵੇਂ ਮੈਂ ਤੁਹਾਨੂੰ ਆਖਿਆ ਕਿ ਮੈਂ ਕਬਰਗੁਸਤਾਨ ਜਾ ਕੇ ਤੁਹਾਨੂੰ ਕਹੀ ਸਾਂ ਆਪਣੇ ਤਾਇਆ ਦੀ ਕਬਰ, ਅਤੇ ਠੀਕ ਹੈ, ਮੈਂ ਆ ਗਿਆ ਕਬਰਗੁਸਤਾਨ, ਵੇਖ ਲਓ ਕਬਰਗੁਸਤਾਨ ਆ ਚੁੱਕੇ ਹਾਂ ਆਪਾਂ, ਅਤੇ ਹੁਣ ਜਲਦੀ ਜਾਂਦੇ ਹਾਂ, ਜਾਂ ਕਲਾਮ ਬਖਸ਼ਣੇ ਹਾਂ, ਤੁਸੀਂ ਵੀ ਦੁਆ ਕਰੋ, ਠੀਕ ਹੈ, ਕਿ ਅੱਲਾ ਨਾਲ ਜਿੰਨਾ ਤੇ ਕਰਦਾ ਮੈਂ, ਠੀਕ ਜਾ, ਵੇਖ ਲਓ ਕਬਰ, ਕਬਰ ਤਾਂ ਮੈਂ ਤੁਹਾਨੂੰ ਲਾਇਆ ਹਾਂ। ਆਹ ਕਬਰ ਹੈ ਜੀ, ਮਾਸ਼ਾ ਅੱਲਾ ਸੋਹਣੀ ਬਣੀ ਹੈ ਜੀ। ਠੀਕ ਹੈ ਜੀ, ਹੁਣ ਆਪਾਂ ਦੁਆ ਮੰਗ ਲੈਂਦੇ ਹਾਂ, ਕਿਸੇ ਵੀ ਨਾਲ ਦੁਆ ਕਰੋ, ਕਹਿੰਦਾ ਨੂੰ ਜਿੰਨਾ ਦੇ ਕਰ ਦੇਵੇ, ਠੀਕ ਹੈ, ਅੱਲਾ ਨਾਲ ਮਕਫਰਤ ਕਰੇ, ਠੀਕ ਹੈ। ਚਲੋ ਹੁਣ ਦੁਆ ਮੈਂ ਵੀ ਮੰਗ ਲਵਾਂ, ਉੱਥੇ ਦੁਆ ਮੰਗ ਲਈ ਜੀ। ਹੁਣ ਤਾਂ ਤੁਹਾਨੂੰ ਕਬਰ ਇੱਕ ਹੋਰ ਹੀ ਕਹਿੰਦਾ, ਮੇਰੇ ਨਾਨੇ ਦੀ ਹੈ ਜੀ, ਮਾਰਾਮ ਖਿੱਚੀ ਦੀ ਹੈ, ਮਾਰਾਮ ਖਾਨ ਦੀ ਹੈ ਜੀ, ਮੇਰਾ ਨਾਨਾ ਹੈ, ਇਹਨਾਂ ਦੇ ਫਿਰ ਦੁਆ ਮੰਗਦੇ ਹਾਂ ਵੀ ਇਹਨਾਂ ਅੱਲਾ ਜਿੰਨਾ ਨਸੀਬ ਕਰੇ, ਠੀਕ ਹੈ, ਚੱਲ ਇਹਨਾਂ ਦੇ ਜਿੰਨਾ ਤੇ ਘਰ ਬਣਾਵੇ, ਅੱਲਾ ਮਗਫਰਤ ਦੇਵੇ, ਠੀਕ ਹੈ ਜੀ। ਚਲੋ ਜੀ, ਮੇਰੇ ਨਾਨੇ ਦੀ ਕਬਰ, ਮਾਰਾਮ ਖਾਨ ਦੀ, ਠੀਕ ਹੈ। ਹੁਣ ਮੈਂ ਤੁਹਾਨੂੰ ਹੋਰ ਆਪਣੇ ਦਾਦੇ ਦੀ ਵੀ ਖਾਈਨਾ ਕਬਰ, ਅਤੇ ਆਪਣੇ ਛੋਟੇ ਭਾਈ ਦੀ ਵੀ ਖਾਈਨਾ, ਉਹ ਤਾਂ ਜਦੋਂ ਹੀ ਪੈਦਾ ਹੋਇਆ ਨਾ, ਉਹ ਪੈਦਾ ਹੋਇਆ ਹੀ ਉਵੇਂ ਫੌਤ ਹੋ ਗਿਆ, ਮੈਂ ਤਾਂ ਉਹਨਾਂ ਨਾਲ ਜਾ ਕੇ ਵੀ ਖਾਈਨਾ, ਪਹਿਲਾਂ ਮੈਂ ਦੱਸ ਰਹਿਣਾ ਆਪਣੇ ਦਾਦੇ ਦੀ ਵੀ ਖਾਈਨਾ, ਨਾਨੇ ਮੇਰੇ ਦੀ ਹੈ, ਹੁਣ ਤੁਹਾਨੂੰ ਮੈਂ ਦਾਦੇ ਦੀ ਵੀ ਖਾਈਨਾ, ਉਹਨਾਂ ਦਾ ਦਾਦਾ ਸੁਲਤਾਨ ਖਿੱਚੀ ਸਾਹਿਬ ਆ ਉਹਨਾਂ ਦਾ ਨਾਮ ਜੀ। ਚਲੋ ਜਲਦੀ ਚੱਲ ਕੇ ਤੁਹਾਨੂੰ ਵੀ ਖਾਈਨਾ ਉਹਨਾਂ ਕਬਰ, ਆ ਜਾਓ, ਲੈਟਸ ਗੋ, ਦੁਆ ਕਰਿਆ ਕਿ ਬਈ ਬਾਲ ਨੂੰ ਅੱਲਾ ਜਿੰਨਾ ਦੇ ਨਸੀਬ ਕਰੇ, ਅਤੇ ਅੱਲਾ ਮਗਫਰਤ ਦੇਵੇ, ਠੀਕ ਹੈ। ਅੱਲਾ ਨੇ ਤੁਹਾਨੂੰ ਮੈਂ ਅਗਲੀ ਵੀ ਖਾਈਨਾ ਕਬਰ। ਲੋਕ ਕਹਿੰਦੇ ਨੇ ਜੀ ਤੂੰ ਬਾਲ, ਤੈਨੂੰ ਕੀ ਹੋਣਾ, ਉਹ ਫੌਤ ਹੋ ਗਿਆ ਤੇ ਤੈਨੂੰ ਕੀ ਹੋਣਾ, ਤੂੰ ਬਾਲ, ਮੈਂ ਉਹਨਾਂ ਨੂੰ ਨਾ ਆਪਦੇ ਪਿਓ ਤੋਂ ਵੱਧ ਕੇ ਪਿਆਰ ਕਰਦਾ ਸੂ, ਇਹ ਮੈਨੂੰ ਪਤਾ, ਦੂਆ ਮੇਰਾ ਦਿਲ ਵੇਚ ਤਾਂ ਵੇਖ ਨਹੀਂ ਵੇਖ ਸਕਦੇ ਵੀ ਇਹ ਕਿੰਨਾ ਪਿਆਰ ਕਰਦਾ, ਮੈਂ ਵੇਖ ਲਓ ਨਾਮ ਥੋੜ੍ਹਾ ਜਿਹਾ ਮਿਟ ਗਿਆ, ਆ ਮੇਰੇ ਬਾਬੇ ਸੁਲਤਾਨ ਦੀ ਹੈ ਜੀ, ਅਤੇ ਆਹ ਮੇਰੇ ਬਾਈ ਦੀ ਕਬਰ ਹੈ, ਛੋਟੀ ਜਿਹੀ ਕਬਰ ਹੈ, ਠੀਕ ਹੈ। ਚਲੋ ਹੁਣ ਆਪਾਂ ਚੱਲਦੇ ਹਾਂ, ਅਤੇ ਵੀਡੀਓ ਦੇ ਥਾਈਂ ਐਡ ਕਰਦੇ ਹਾਂ, ਵੀਡੀਓ ਅਗਰ ਅੱਛੀ ਲੱਗੇ ਚੈਨਲ ਸਬਸਕ੍ਰਾਈਬ ਕਰ ਦਿਓ, ਲਾਈਕ ਕਰਿਆ ਵੀਡੀਓ ਨੂੰ, ਅਤੇ ਅੱਛੇ ਅੱਛੇ ਕਮੈਂਟ ਕਰਿਆ, ਅੱਲਾ ਹਾਫਿਜ਼, ਨਮਸਕਾਰ, ਬਾਏ ਬਾਏ।